ਅੱਜ ਨਵਾਂ ਸ਼ਹਿਰ ਬੰਗਾ ਤੇ ਬਲਾਚੌਰ ਹਲਕੇ ਦੇ ਜਿਹੜੇ ਸਾਡੇ ਆਗੂ ਸੀ ਉਹਨਾਂ ਦੀ ਮੀਟਿੰਗ ਬੁਲਾਈ ਸੀ, ਧੰਨਵਾਦ ਕਰਨ ਲਈ ਬੁਲਾਈ ਸੀ, ਕਿਉਂਕਿ ਭਾਵੇਂ ਚੋਣ ਤੀਜਾ ਕੋਈ ਰਿਹਾ ਹੋਵੇ ਪਰ ਸਾਡੇ ਲੀਡਰਾਂ ਨੇ ਵਰਕਰਾਂ ਨੇ ਜੋ ਜਾਨ ਤੋੜ ਕੇ ਮਿਹਨਤ ਕੀਤੀ ਇਮਾਨਦਾਰੀ ਨਾਲ ਜਾਨਦਾਰੀ ਨਾਲ, ਉਹਦੇ ਅੱਗੇ ਸਿਰ ਝੁਕਦਾ, ਕਿਉਂਕਿ ਗਰਮੀ ਸੀ, ਲੰਮਾ ਸਮਾਂ ਚੋਣ ਮੁਹਿੰਮ ਅਸੀਂ ਰੱਖੀ, ਉਹਦੇ ਬਾਵਜੂਦ ਭਾਵੇਂ ਨਤੀਜਾ ਕੋਈ ਨਿਕਲਿਆ ਪਰ ਵਰਕਰਾਂ ਨੇ ਆਖਰੀ ਸਮੇਂ ਤੱਕ ਜ਼ੋਰ ਲਾਇਆ, ਉਹਦੇ ਲਈ ਮੈਂ ਧੰਨਵਾਦ ਕੀਤਾ ਚੇਤੇ ਤੌਰ 'ਤੇ ਸਾਰੀ ਲੀਡਰਸ਼ਿਪ ਦਾ। ਅਗਲੀ ਕਤਾਰ ਦੀ ਜਿਹੜੀ ਸੀ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਅਤੇ ਸਾਰੇ ਬਾਕੀ ਹਲਕੇ ਦੇ ਲੀਡਰਾਂ ਦਾ, ਔਰ ਜਿੱਥੇ ਕਿਤੇ ਉਤਾਈਆਂ ਕਮੀਆਂ ਰਹੀਆਂ ਉਹਦਾ ਵੀ ਚਰਚਾ ਕੁਛ ਹੋਈ, ਕਿਉਂਕਿ ਕੁੱਲ ਮਿਲਾ ਕੇ ਇਸ ਨਤੀਜੇ 'ਤੇ ਪਹੁੰਚੇ ਅਸੀਂ ਕਿ ਪਾਰਟੀ ਵੱਲੋਂ ਮਤਲਬ ਸਪੱਸ਼ਟ ਤੈਅਸ਼ੁਦਾ ਪਲੇਟਫਾਰਮ ਤੈਅ ਨਾ ਕਰ ਸਕੇ ਅਸੀਂ, ਕਿਉਂਕਿ ਨਾ ਇੱਧਰ ਕੇ ਨਾ ਉੱਧਰ ਕੇ ਮਤਲਬ ਕਿਸੇ ਇੱਕ ਧਿਰ ਨਾਲ ਖੜ ਨਾ ਸਕੇ ਜਾਂ ਆਪਣੀ ਧਿਰ ਬਣਾ ਕੇ ਪੇਸ਼ ਨਾ ਕਰ ਸਕੇ, ਇਹਦੇ ਕਰਕੇ ਲੋਕਾਂ ਨੇ ਫਿਰ ਆਪਣਾ ਫੈਸਲਾ ਆਪ ਕਰਿਆ। ਸੋ ਮੈਂ ਸਮਝਦਾ ਕਿ ਇਹ ਅੱਗੇ ਲਈ ਕਿਵੇਂ ਕਰਨਾ ਪਾਰਟੀ ਨੂੰ ਲੋਕਾਂ ਵਿੱਚ ਪ੍ਰਮਾਣਿਤ, ਇਹਦੇ ਲਈ ਬੜੀ ਗੰਭੀਰਤਾ ਨਾਲ ਵਿਸਥਾਰਤ ਵਿਸ਼ਲੇਸ਼ਣ ਦੀ ਲੋੜ ਆ, ਔਰ ਅਸੀਂ ਸਾਰੀ ਜਿਹੜੀ ਹੈ ਸਾਡੇ ਪਾਰਟੀ ਪ੍ਰਧਾਨ ਨਾਲ, ਪਾਰਟੀ ਦੇ ਸਰਪ੍ਰਸਤ ਨਾਲ, ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਬੈਠ ਕੇ ਮਤਲਬ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਕੋਈ ਰਾਹ ਲੱਭਾਂਗੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਦਾ। ਅੱਜ ਨਵਾਂ ਸ਼ਹਿਰ ਬੰਗਾ ਅਤੇ ਬਲਾਚੌਰ ਹਲਕੇ ਦੇ ਜਿਹੜੇ ਸਾਡੇ ਆਗੂ ਸੀ ਉਹਨਾਂ ਦੀ ਮੀਟਿੰਗ ਬੁਲਾਈ ਸੀ, ਧੰਨਵਾਦ ਕਰਨ ਲਈ ਬੁਲਾਈ ਸੀ, ਕਿਉਂਕਿ ਭਾਵੇਂ ਚੋਣ ਤੀਜਾ ਕੋਈ ਰਿਹਾ ਹੋਵੇ ਪਰ ਸਾਡੇ ਲੀਡਰਾਂ ਨੇ ਵਰਕਰਾਂ ਨੇ ਜੋ ਜਾਨ ਤੋੜ ਕੇ ਮਿਹਨਤ ਕੀਤੀ ਇਮਾਨਦਾਰੀ ਨਾਲ ਜਾਨਦਾਰੀ ਨਾਲ, ਉਹਦੇ ਅੱਗੇ ਸਿਰ ਝੁਕਦਾ, ਕਿਉਂਕਿ ਗਰਮੀ ਸੀ, ਲੰਮਾ ਸਮਾਂ ਚੋਣ ਮੁਹਿੰਮ ਅਸੀਂ ਰੱਖੀ, ਉਹਦੇ ਬਾਵਜੂਦ ਭਾਵੇਂ ਨਤੀਜਾ ਕੋਈ ਨਿਕਲਿਆ ਪਰ ਵਰਕਰਾਂ ਨੇ ਆਖਰੀ ਸਮੇਂ ਤੱਕ ਜ਼ੋਰ ਲਾਇਆ, ਉਹਦੇ ਲਈ ਮੈਂ ਧੰਨਵਾਦ ਕੀਤਾ ਚੇਤੇ ਤੌਰ 'ਤੇ ਸਾਰੀ ਲੀਡਰਸ਼ਿਪ ਦਾ। ਅਗਲੀ ਕਤਾਰ ਦੀ ਜਿਹੜੀ ਸੀ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਜੀ ਅਤੇ ਸਾਰੇ ਬਾਕੀ ਹਲਕੇ ਦੇ ਲੀਡਰਾਂ ਦਾ, ਔਰ ਜਿੱਥੇ ਕਿਤੇ ਉਤਾਈਆਂ ਕਮੀਆਂ ਰਹੀਆਂ ਉਹਦਾ ਵੀ ਚਰਚਾ ਕੁਛ ਹੋਈ, ਕਿਉਂਕਿ ਕੁੱਲ ਮਿਲਾ ਕੇ ਇਸ ਨਤੀਜੇ 'ਤੇ ਪਹੁੰਚੇ ਅਸੀਂ ਕਿ ਪਾਰਟੀ ਵੱਲੋਂ ਮਤਲਬ ਸਪੱਸ਼ਟ ਤੈਅਸ਼ੁਦਾ ਪਲੇਟਫਾਰਮ ਤੈਅ ਨਾ ਕਰ ਸਕੇ ਅਸੀਂ, ਕਿਉਂਕਿ ਨਾ ਇੱਧਰ ਕੇ ਨਾ ਉੱਧਰ ਕੇ ਮਤਲਬ ਕਿਸੇ ਇੱਕ ਧਿਰ ਨਾਲ ਖੜ ਨਾ ਸਕੇ ਜਾਂ ਆਪਣੀ ਧਿਰ ਬਣਾ ਕੇ ਪੇਸ਼ ਨਾ ਕਰ ਸਕੇ, ਇਹਦੇ ਕਰਕੇ ਲੋਕਾਂ ਨੇ ਫਿਰ ਆਪਣਾ ਫੈਸਲਾ ਆਪ ਕਰਿਆ। ਸੋ ਮੈਂ ਸਮਝਦਾ ਕਿ ਇਹ ਅੱਗੇ ਲਈ ਕਿਵੇਂ ਕਰਨਾ ਪਾਰਟੀ ਨੂੰ ਲੋਕਾਂ ਵਿੱਚ ਪ੍ਰਮਾਣਿਤ, ਇਹਦੇ ਲਈ ਬੜੀ ਗੰਭੀਰਤਾ ਨਾਲ ਵਿਸਥਾਰਤ ਵਿਸ਼ਲੇਸ਼ਣ ਦੀ ਲੋੜ ਆ, ਔਰ ਅਸੀਂ ਸਾਰੀ ਜਿਹੜੀ ਹੈ ਸਾਡੇ ਪਾਰਟੀ ਪ੍ਰਧਾਨ ਨਾਲ, ਪਾਰਟੀ ਦੇ ਸਰਪ੍ਰਸਤ ਨਾਲ, ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨਾਲ ਬੈਠ ਕੇ ਮਤਲਬ ਗੰਭੀਰਤਾ ਨਾਲ ਵਿਚਾਰ ਚਰਚਾ ਕਰਕੇ ਕੋਈ ਰਾਹ ਲੱਭਾਂਗੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਦਾ।